ਵਧੀਆ ਦਿਓ ਸੀ ਸਭ ਤੋਂ ਪਹਿਲਾਂ ਤਾਂ ਤਮਾਮ ਹਜ਼ਰਾਤਾਂ ਜੁਮਾ ਮੁਬਾਰਕ ਅਤੇ ਮੈਂ ਤੁਹਾਡਾ ਵੀਰਾ ਮੁਹੰਮਦ ਅਹਿਸਾਨ ਸ਼ਾਨੀ ਧੋਲਰ ਤੋਂ ਸਾਡਾ ਗਿਰਾਂ ਐਵੇਂ ਧੋਲਰ ਧੋਲਰ ਸ਼ਹਿਰ ਮਤਲਬ ਜਿਸ ਤਰ੍ਹਾਂ ਇੱਕ ਗਿਰਾਂ ਹੀ ਹੈ ਅਤੇ ਤਹਿਸੀਲ ਸਿੱਧੀ ਤਲਕੰਗ ਵੇ ਅਤੇ ਜ਼ਿਲ੍ਹਾ ਚਕਵਾਲ ਤੁਸੀਂ ਸੁਣਨੇ ਰਹਿੰਦੇ ਉਸ ਅਤੇ ਕਈਆਂ ਵੇਖੇ ਵੇ ਵੀ ਉਸ ਜ਼ਿਲ੍ਹਾ ਚਕਵਾਲ ਅਤੇ ਸਾਡੇ ਵਲੋਗ ਹੋਏ ਕਰੇ ਸਨ ਇਨਸ਼ਾਅੱਲਾ ਪੰਜਾਬੀ 'ਚ ਅਤੇ ਪੰਜਾਬੀ ਨੇ ਇਨਸ਼ਾਅੱਲਾ ਤੁਸੀਂ ਪੰਜਾਬ ਕਲਚਰ ਵੀ ਵੇਖ ਸੋ ਪੰਜਾਬ ਦੀਆਂ ਖੇਡਾਂ ਵੇਖ ਸੋ ਫਸਲਾਂ ਵੇਖ ਸੋ ਮਤਲਬ ਜੀ ਕੁਛ ਸਾਡਾ ਕਲਚਰ ਹੋਵੇ ਤੁਸੀਂ ਇਨਸ਼ਾਅੱਲਾ ਵੇਖਾਇਆ ਹੋਇਆ ਸੀ ਅਸੀਂ ਆਏ ਖੜੋਤੇ ਹਾਂ ਗਰਲ ਹਾਈ ਸਕੂਲ ਕੋਲ ਇੰਦੋਲਰ ਨਾ ਗਰਲ ਹਾਈ ਸਕੂਲ ਹੈ ਅਤੇ ਇਸ ਨਾਲ ਹੀ ਮਤਲਬ ਇੱਕ ਪੱਤਣ ਟੈਪ ਜਿਸ ਤਰ੍ਹਾਂ ਅੰਕੜ ਵੀ ਸਾਖ ਨੇ ਅਤੇ ਪੰਜਾਬੀ 'ਚ ਆਖਦੇ ਨੇ ਪੱਤਣ ਜਿਹੜਾ ਮਤਲਬ ਸ਼ਹਿਰ ਨਾਲ ਫਾਲਤੂ ਪਾਣੀ ਆਉਂਦਾ ਜਿਸ ਤਰ੍ਹਾਂ ਨਿਕਾਸੀ ਹੋਣੀ ਸ਼ਹਿਰ ਨਹੀਂ ਉਹ ਸਾਰੀ ਇੱਥੋਂ ਹੀ ਆਉਣੀ ਪਈ ਇਹ ਤੁਸੀਂ ਵੇਖ ਸਕਦੇ ਹੋ ਵਿਊਅਰਸ ਅਸੀਂ ਜ਼ਰਕ ਬੈਠੇ ਹਾਂ ਖਲੋਤੇ ਹਾਂ ਗੱਪ ਸ਼ੱਪ ਲਾਈ ਸੰਗੀਆਂ ਦੋਸਤਾਂ ਨਾਲ ਮੌਸਮ ਇੰਜੋਏ ਕੀਤਾ ਅਤੇ ਹੁਣ ਨਿਮਸ਼ ਥੀ ਗਿਆ ਤਕਰੀਬਨ ਥੀਵਣੇ ਵਾਲੀਆਂ ਹਨ ਅਤੇ ਗਰੇ ਨਾਲ ਰੁੱਖ ਕਰੇ ਨੇ ਪੈਂ ਕੋਈ ਨਮਾਜ਼ ਸ਼ਮਾਜ਼ ਪੜ੍ਹਨੇ ਹਾਂ ਅਤੇ ਫਿਰ ਖਾਣਾ ਛਾਣਾ ਖਾ ਕੇ ਸਹਿ ਵੱਜਣਾ ਅਤੇ ਇਹ ਪਿੱਛੇ ਕਰੇ ਨੇ ਪਿਓ ਡੋਲਰ ਸਕੂਲ ਕੋਲ ਲੱਗੀ ਪੈਂਦੇ ਹਾਂ ਅਸੀਂ ਪਿੱਛੇ ਰਸਤਾ ਆਉਣਾ ਪਿਆ ਡੋਗ ਚੱਕੀ ਤੋਂ ਬੜੀ ਜ਼ਬਰਦਸਤ ਟੱਕੀ ਇੱਥੇ ਤਾਂ ਸਕੂਲ 'ਚ ਪੌਦੇ ਲੱਗੇ ਮੈਂ ਮੂੰਹ ਜ਼ਬਰਦਸਤ ਇਹ ਸਕੂਲ ਨੇ ਗੇਟ ਹੈ ਗੌਰਮੈਂਟ ਗਰਮੈਂਟ ਐਲੀਮੈਂਟਰੀ ਸਕੂਲ ਧੋਲ ਜਨਾਬ ਨਹੀਂ ਹੈ ਪਲੋਟਿੰਗ ਹੋਈ ਵੀ ਅਤੇ ਹਰੇ ਸ਼ਰੇ ਭਰੇ ਭੈਣ ਇੱਥੇ ਨਾਲ ਬਾਤ ਕਰਨੀ ਕੋਈ ਇੱਥੇ ਨਾਲ ਕੋਈ ਸੰਗੀਤ ਦੋਸਤ ਨਹੀਂ ਲੱਗਿਆ ਅਤੇ ਵੀਡੀਓ ਤਾਂ ਲੱਗਾ ਸੇਮ ਹੀ ਬਣਾਈ ਕੀ ਬਣਾਇਆ ਵਾ ਇਨ ਸ਼ਾ ਅੱਲਾ ਤੁਹਾਨੂੰ ਸਾਰਿਆਂ ਨਾਲ ਮਿਲ ਸਹੀ ਹੈ ਅਤੇ ਕੋਈ ਫੋਟੋਗ੍ਰਾਫੀ ਅਤੇ ਇਸੀ ਵੀਡੀਓ ਨਾਲ ਕਰਨਾ ਹੈ ਇਨ ਸ਼ਾ ਅੱਲਾ ਤੁਹਾਨੂੰ ਵੀਡੀਓ ਪਸੰਦ ਆਈ ਸਬਸਕ੍ਰਾਈਬ ਕਰ ਲਿਓ ਅਗਰ ਨਹੀਂ ਪਸੰਦ ਆਈ ਤਾਂ ਮਿਹਰਬਾਨੀ ਕਰਨੀ ਗਰੀਬਤ ਰਹਿਮ ਕਰਨਾ ਸਾਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਅੱਛੇ ਅੱਛੇ ਠੀਕ ਹੈ ਫਿਰ ਅੱਲਾ ਹਾਫਿਜ਼ ਅੱਲਾ ਹਾਫਿਜ਼ ਨਬੀ ਕੀ ਆਮਦ ਸੇ ਨੂਰ ਫੈਲਾ ਫਿਜ਼ਾਏ ਸ਼ਬ ਪੇ ਨਿਖਰ ਆਇਆ ਚਮਨ ਮੇ ਕਲੀਆਂ ਕੇ ਰੁਖ ਪੇ ਹੁਸਨ ਜੋ ਜ਼ਿਕਰ ਹੈ ਵੇ ਨਿਸ਼ਾਨਾ